ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਇੱਕ ਆਪਾਂ ਤੁਹਾਨੂੰ ਇੰਪੋਰਟੈਂਟ ਜਾਣਕਾਰੀ ਦੇਣੀ ਹੈ। ਜਦੋਂ ਵੀ ਤੁਸੀਂ ਨਵਾਂ ਏ ਸੀ ਫਿੱਟ ਕਰਾਉਂਦੇ ਆ, ਕੰਪਨੀ ਵਾਲੇ ਬੰਦੇ ਕੀ ਕਰਦੇ ਅੱਜ ਕੱਲ੍ਹ, ਇੱਦਾਂ ਹੀ ਆਉਂਦੇ ਆ, ਇਨਵਰਟਰ ਏ ਸੀ ਆ 5-star, ਠੀਕ ਆ। ਆਹ ਜਿਹੜਾ ਵੈਕਿਊਮ ਪੰਪ ਲੱਗਿਆ ਵਾ, ਉਹ ਵੈਕਿਊਮ ਨਹੀਂ ਕਰਦੇ ਹੈਗੇ, ਇੱਕਣੇ ਫਲੈਸ਼ ਮਰਾ ਕੇ ਲੰਘ ਜਾਂਦੇ, ਇੱਕਣੇ ਹਵਾ ਗੈਸ ਛੱਡਦੇ ਹਾਂ, ਗੈਸ ਦੀ ਫਲੈਸ਼ ਮਰਾ ਕੇ ਲੰਘ ਜਾਂਦੇ ਹਾਂ, ਠੀਕ ਆ। ਇੱਦਾਂ ਨਹੀਂ ਕਰਨਾ ਚਾਹੀਦਾ। ਇਹ ਜਿਹੜਾ ਵੈਕਿਊਮ ਹੁੰਦਾ ਹੈ, ਇਹ ਜਿਹੜੀ ਪਾਈਪਾਂ ਦੇ ਵਿੱਚ ਆਪਾਂ ਪਾਈਪਾਂ ਜਦ ਜੋੜਦੇ ਹਾਂ, ਇਹਦੇ ਵਿੱਚ ਜਿਹੜੀ ਹਵਾ ਹੁੰਦੀ ਆ, ਉਹ ਹਵਾ ਨੂੰ ਬਾਹਰ ਕੱਢਣ ਵਾਸਤੇ ਹੁੰਦਾ। ਜਿਹੜਾ ਇਨਵਰਟਰ ਏ ਸੀ ਹੁੰਦਾ, ਇਹਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ, ਚਾਹੇ ਦੂਆ ਏ ਸੀ ਆ, ਠੀਕ ਆ। ਜਿਹੜੇ ਪੁਰਾਣੇ ਏ ਸੀ ਹੁੰਦੇ ਤੇ ਉਹਨਾਂ 'ਚ RY ਗੈਸ ਹੁੰਦੀ ਸੀ, ਉਹਨਾਂ 'ਚ ਧੱਕਾ ਚੱਲੀ ਜਾਂਦਾ ਤਾ। ਜਿਹੜੀਆਂ ਅੱਜ ਕੱਲ੍ਹ ਗੈਸਾਂ ਨੇ, ਜਿਵੇਂ R32 ਹੋ ਗਈ, R410 ਹੋ ਗਈਆਂ, ਉਹ ਕਈ ਗੈਸਾਂ ਤੋਂ ਮਿਲ ਕੇ ਬਣੀਆਂ ਹੁੰਦੀਆਂ। ਉਹ ਗੈਸਾਂ ਖਤਰਨਾਕ, ਮਤਲਬ ਵੀ ਕਹਿਣ ਦਾ ਭਾਵ ਵੀ ਉਹਨਾਂ ਨੂੰ ਅੱਗ ਵੀ ਲੱਗ ਜਾਂਦੀ ਆ, ਕਹਿਣ ਦਾ ਭਾਵ ਕਈ ਏ ਸੀ ਨੂੰ ਦੇਖੋ ਤੁਸੀਂ ਫਟ ਜਾਂਦੇ ਆ, ਕੁਛ ਵੀ ਹੋ ਜਾਂਦੇ ਆ, ਇਹ ਹਵਾ ਦਾ ਕਾਰਨ ਹੁੰਦਾ ਵੀ ਇਹਦੇ ਵਿੱਚ ਹਵਾ ਨਹੀਂ ਰਹਿਣੀ ਚਾਹੀਦੀ। ਜੇ ਵਿੱਚ ਹਵਾ ਰਹੂਗੀ, ਤੁਹਾਡੇ ਏ ਸੀ ਦੀ ਲਾਈਫ ਵੀ ਘੱਟਦੀ ਹੈ। ਜੇ ਆਪਾਂ ਕਈ ਵਾਰ ਕਹਿੰਦੇ 2-4 ਸਾਲ ਬਾਅਦ ਪ੍ਰੋਬਲਮ ਆਉਣ ਲੱਗ ਜਾਂਦੀ ਹੈ ਨਾ, ਜਦ ਵਿੱਚ ਹਵਾ ਰਹੂਗੀ, ਕੰਪਰੈਸ਼ਰ ਨੂੰ ਜਿਵੇਂ ਵਿੱਚ ਖਾਲੀ ਚੱਲਦਾ ਹੈ ਨਾ, ਜਿਵੇਂ ਉਹ ਚੀਜ਼ ਨਾਲ ਫਿਰ ਜਿਵੇਂ ਪੰਪਿੰਗ ਹੁੰਦਾ ਇੱਕ ਤਰ੍ਹਾਂ ਦਾ ਹੈ ਨਾ, ਇਹ ਵੀ ਗੈਸ ਨੂੰ ਅੱਗੇ ਧੱਕਦਾ, ਇੱਕ ਸਰਕਲ ਘੁੰਮਦਾ, ਤਾਂ ਉਹਦੇ ਨਾਲ ਕੀ ਹੁੰਦਾ ਫਿਰ ਤੁਹਾਡਾ ਜਿਹੜਾ ਏ ਸੀ ਆ ਜਲਦੀ ਖਰਾਬ ਹੋ ਜਾਂਦਾ ਹੈ। ਜਿਹੜੇ ਕੰਪਨੀ ਦੇ ਬੰਦੇ ਏ ਸੀ ਲਗਾਉਣ ਆਉਂਦੇ ਆ, ਉਹ ਕੀ ਹੁੰਦਾ, ਲੋਕਲ ਬੰਦੇ ਰੱਖੇ ਹੁੰਦੇ ਦੁਕਾਨਦਾਰ ਨੇ, ਕਈ ਵਾਰ ਕਈ ਕੰਪਨੀਆਂ ਬੰਦੇ ਹਾਇਰ ਕਰਦੀਆਂ, ਕਈ ਬੰਦੇ ਹਾਇਰ ਨਹੀਂ ਕਰਦੀਆਂ, ਉਹ ਲੋਕਲ ਬੰਦੇ ਰੱਖੇ ਹੁੰਦੇ ਆ। ਉਹ ਕੀ ਕਹਿੰਦਾ, ਉਹਨਾਂ ਪਰ ਏ ਸੀ ਕਰਿਆ ਹੁੰਦਾ, ਉਹਨਾਂ ਦਾ ਉਹਨਾਂ ਨੂੰ ਵੱਧ ਤੋਂ ਵੱਧ ਏ ਸੀ ਲੱਗਣ ਦਾ ਉਹਨਾਂ ਆਪਣਾ ਲਾਲਚ ਹੁੰਦਾ ਵੀ ਸਾਡੇ ਵੱਧ ਤੋਂ ਵੱਧ ਏ ਸੀ ਲੱਗਣਗੇ, ਹੈ ਨਾ, ਵੀ ਉਨੇ ਹੀ ਪੈਸੇ ਉਹਨਾਂ ਦੇ ਬਣਨਗੇ। ਤਾਂ ਉਹ ਦੇਖਿਆ ਤੁਸੀਂ ਕਦੇ ਕਦੇ ਵੀ ਦੇਖਿਆ ਹੁਣ ਅੱਧੇ ਪੌਣੇ ਘੰਟੇ ਦੇ ਵਿੱਚ ਏ ਸੀ ਲਾ ਕੇ ਭੱਜੇ ਨੇ, ਜਾਂ ਆਮ ਬੰਦਾ ਏ ਸੀ ਫਿੱਟ ਕਰਦਾ, ਘੰਟਾ ਡੇਢ ਘੰਟਾ 2 ਘੰਟੇ ਆਰਾਮ ਨਾਲ ਲੱਗ ਜਾਂਦੇ ਆ, ਹੈ ਨਾ, ਤਰੀਕੇ ਨਾਲ ਜਿਵੇਂ ਵੈਕਿਊਮ ਕਰਨਾ, ਸਾਰਾ ਲੀਕੇਜ ਵਗੈਰਾ ਦੇਖਣੀ, ਹੈ ਨਾ, ਉਹ ਗੈਸ ਦੇ ਉਹ ਫਲੈਸ਼ ਮਰਾ ਜਾਂਦੇ ਆ, ਉਹ ਗੈਸ ਵੀ ਥੋੜ੍ਹੀ ਘੱਟ ਜਾਂਦੀ ਆ। ਜਦੋਂ ਗੈਸ ਦੇ ਨਾਲ ਆਪਾਂ ਹਵਾ ਕਢਾਉਂਗੇ ਤਾਂ ਤੁਹਾਡੀ ਗੈਸ ਵੀ ਘਟੂਗੀ, ਠੀਕ ਹੈ ਨਾ। ਇਹ ਪੰਪ ਜ਼ਰੂਰੀ ਆ, ਹੁਣ ਆਹ ਪੰਪ ਲੱਗਿਆ ਆਪਾਂ ਇਹਨੂੰ ਵੈਕਿਊਮ ਕਰ ਰਹੇ ਆ, ਠੀਕ ਹੈ ਨਾ, ਇਹਦੀ ਸਾਰੀ ਹਵਾ ਇਹਨੇ ਬਾਹਰ ਕੱਢ ਦੇਣੀ ਆ, ਠੀਕ ਹੈ ਨਾ। ਜੋ ਲੀਕੇਜ ਹੋਊਗੀ ਉਹ ਵੀ ਆਪਾਂ ਇਹਦੇ ਨਾਲ ਚੈੱਕ ਕਰ ਲੈਣੀ ਆ, ਆਪਾਂ ਗੈਸ ਬਿਲਕੁਲ ਵੀ ਖਰਾਬ ਨਹੀਂ ਹੋਣ ਦੇਣੀ, ਹੈ ਨਾ, ਠੀਕ ਆ। ਨੰਬਰ 2 ਤੇ ਜਿਹੜਾ ਤੁਹਾਡਾ 5-star ਏ ਸੀ ਆ, ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ, ਦੇਖੋ ਇਹਦਾ ਸਾਈਜ਼ ਦੇਖੋ ਕਿੱਡਾ, ਹੈ ਨਾ। ਇਹ ਜਿੰਨਾ ਜਿਹੜਾ ਇਹਦੇ ਵਿੱਚ ਕੰਪਰੈਸ਼ਰ ਹੁੰਦਾ ਉਹ ਇੱਕੋ ਹੁੰਦਾ, 3-star 'ਚ ਵੀ 5-star ਦੇ ਵਿੱਚ। ਉਹਦੇ ਵਿੱਚ ਜਿਹੜਾ ਜਾਲ ਹੁੰਦਾ ਇਹ ਵੱਡਾ ਕਰ ਦਿੰਦੇ ਆ, ਵੱਡੇ ਜਾਲ ਦੇ ਵਿੱਚ ਨਾਲ ਕੀ ਹੁੰਦਾ, ਹਾਂ ਦੇਖੋ ਹੁਣ ਡਬਲ ਜਾਲ ਆ, ਦੇਖੋ ਤੁਹਾਨੂੰ ਮੈਂ ਦਿਖਾਉਂਦਾ, ਇੱਥੋਂ ਤੁਹਾਨੂੰ ਸਾਫ ਦਿਖਦਾ ਹੋਊਗਾ, ਇੱਕ ਆਹ ਜਾਲੀ ਬਣੀ ਵੀ ਇੱਥੋਂ, ਆਹ ਪਾਈਪਾਂ ਦਿਖਦੀਆਂ ਤਾਂਬੇ ਵਾਲੀਆਂ, ਇੱਕ ਤੁਹਾਨੂੰ ਪਿੱਛੇ ਦਿਖਦੀ ਹੋਣੀ ਆ, ਅਤੇ ਆਹ ਪਿਛਲੇ ਪਾਸੇ ਜਾਲ ਆ ਇੱਕ, ਆਹ ਦੇਖੋ ਆਹ ਦਿਖ ਰਿਹਾ ਨਾ ਪਿਛਲੇ ਪਾਸੇ ਜਾਲ ਆ, ਇੱਕ ਆਹ ਜਾਲ ਆ, ਇਹ ਡਬਲ ਜਾਲ ਆ। ਇਹਦਾ ਸਾਈਜ਼ ਵੀ ਏ ਸੀ ਦਾ ਵੱਡਾ, ਦੇਖੋ ਕਿੱਡਾ ਵੱਡਾ, ਤੁਹਾਨੂੰ ਮੈਂ ਦੂਰ ਤੋਂ ਦਿਖਾਉਣਾ, ਦੇਖੋ ਕਿੱਡਾ ਏ ਸੀ ਦਾ ਸਾਈਜ਼ ਆ। ਇਹਦੇ ਨਾਲ ਆਉਂਦਾ ਜਿਹੜੀ ਗੈਸ ਹੁੰਦੀ ਆ ਜਲਦੀ ਠੰਡੀ ਹੁੰਦੀ ਆ, ਜਿਹੜੀ ਜ਼ਿਆਦਾਤਰ ਤੁਸੀਂ ਦੇਖਿਆ ਹੋਣਾ, ਜਦੋਂ ਧੁੱਪਾਂ ਦੀ ਹੀਟ ਵੱਧਦੀ ਆ ਤਾਂ ਏ ਸੀ ਇਕਦਮ ਪੇਅਰ ਵੱਧ ਲੈਣ ਲੱਗ ਜਾਂਦਾ, ਇਸ ਕਰਕੇ ਹੀ ਜਿਹੜਾ 5-star ਏ ਸੀ ਹੁੰਦਾ ਇਹਦਾ ਜਿਹੜਾ ਗੈਸ ਵਾਲਾ ਜਾਲ ਆ ਉਹ ਵੱਡਾ ਬਣਾਇਆ ਹੁੰਦਾ, ਤਾਂ ਕਰਕੇ ਏ ਸੀ ਆ ਜਿਹੜਾ ਘੱਟ ਲੋਡ ਲੈਂਦਾ। ਜਿਵੇਂ ਆਪਾਂ ਕਹਿੰਦੇ ਹਾਂ 5-star ਆ ਨਾ, ਉਹ 3-star ਨਾਲ ਵੀ ਘੱਟ ਲੋਡ ਲੈਂਦਾ, ਉਹਦਾ ਕਾਰਨ ਇਹੀ ਹੁੰਦਾ ਵੀ ਇਹਦਾ ਜਿਹੜਾ ਸਾਈਜ਼ ਆ ਗੈਸ ਠੰਡੀ ਹੋਣ ਦਾ ਸਾਈਜ਼ ਵੱਡਾ ਹੁੰਦਾ ਜਾਲ ਦਾ, ਠੀਕ ਆ ਨਾ। ਇੱਦਾਂ ਦੀ ਵੀਡੀਓ ਦੇਖਣ ਸਾਡੇ ਯੂਟਿਊਬ ਚੈਨਲ ਨੂੰ ਫੋਲੋ ਕਰਿਓ, ਅਤੇ ਵੀਡੀਓ ਨੂੰ ਵੱਧ ਸ਼ੇਅਰ ਜ਼ਰੂਰ ਕਰਿਓ ਜੀ। ਕੰਪਨੀਆਂ ਦਾ ਬੰਦਾ ਤੁਸੀਂ ਬਾਹਰ ਆਪਣਾ ਪ੍ਰਾਈਵੇਟ ਬੰਦੇ ਤੋਂ ਕਰਾ ਲਿਆ ਕਰੋ, ਜਾਂ ਤੁਸੀਂ ਜਿਹਨੇ ਵੀ ਏ ਸੀ ਫਿੱਟ ਕਰਾਉਣਾ ਤਾਂ ਪੰਪ ਜ਼ਰੂਰ ਦੇਖਿਆ ਕਰੋ, ਇਕੱਲਾ ਮੀਟਰ ਨਹੀਂ ਦੇਖਣਾ ਤੁਸੀਂ ਨੇ, ਨਾਲ ਪਲੱਸ ਆਹ ਪੰਪ ਆਉਣਾ ਚਾਹੀਦਾ, ਕਿਉਂਕਿ ਵੀ ਅਸੀਂ ਵੈਕਿਊਮ ਭਾਅ ਜੀ ਨਾਲ ਕਰਾਉਣਾ, ਹੈ ਨਾ। ਕਈ ਜਗ੍ਹਾ ਸਾਡੇ ਨਾਲ ਹੋਇਆ, ਇੱਕੋ ਘਰ ਦੇ ਵਿੱਚ ਅਸੀਂ ਗਏ ਹਾਂ, ਉੱਥੇ ਉਹਨਾਂ ਨੇ ਇੱਕਣੇ ਲਾ ਕੇ ਅਤੇ ਅਸੀਂ ਆਹ ਪੰਪ ਲਏ, ਕਹਿੰਦਾ ਯਾਰ ਮੇਰੇ ਤਾਂ ਆਹ ਚੀਜ਼ਾਂ ਲਾਈਆਂ ਨਹੀਂ ਹੈਗੀਆਂ, ਹੈ ਨਾ, ਵੀ ਤਾਂ ਕਰਕੇ ਤੁਹਾਨੂੰ ਜਾਣਕਾਰੀ ਦਿੰਦੇ ਹਾਂ। ਅਤੇ ਇੱਕ ਆ ਯਾਰ ਥੱਲੇ ਪੈਰ ਜ਼ਰੂਰ ਲਾਇਆ ਕਰੋ, ਕਈ ਵਾਰ ਕੰਪਨੀ ਵਿੱਚੋਂ ਇਹ ਪੈਰ ਨਾਲ ਨਹੀਂ ਆਉਂਦੇ ਹੈਗੇ, ਜਾਂ ਇੱਕ ਰਬੜ ਦੇ ਹੁੰਦੇ ਨਾਲ ਥੱਲੇ ਸਰਾਖ ਵੱਜ ਜਾਂਦਾ ਧਰਤੀ ਦੇ ਨਾਲ, ਹੈ ਨਾ, ਜਾਂ ਲਾਇਆ ਕਰੋ। ਇਹਦੇ ਨਾਲ ਕੀ ਹੁੰਦਾ ਵੀ ਥੱਲੇ ਜਿਹੜੀ ਆਪਣੀ ਜਦੋਂ ਆਪਣੇ ਹੁੰਦਾ ਤੂੜੀ ਤਾੜੀ ਵਗੈਰਾ ਹੁੰਦੀ ਆ, ਹੈ ਨਾ, ਕੂੜਾ ਇਕੱਠਾ ਹੋ ਜਾਂਦਾ ਤਾਂ ਥੱਲੇ ਪਾਣੀ ਨਿਕਲਦਾ, ਅਤੇ ਆ ਪਲੇਟ ਦੇ ਵਿੱਚ ਫਿਰ ਕਚਰਾ ਕੁਚਰਾ ਜਮ੍ਹਾਂ ਹੋ ਜਾਂਦਾ ਏ ਸੀ ਦੇ ਵਿੱਚ, ਫਿਰ ਇਹਦੀ ਲਾਈਫ ਘੱਟਦੀ ਆ, ਇਹ ਪੈਰਾਂ ਨਾਲ ਉੱਚਾ ਹੋ ਜਾਂਦਾ, ਪੈਰ ਲਾਉਣੇ ਵੀ ਜ਼ਰੂਰੀ ਆ, ਠੀਕ ਆ ਜੀ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ, ਧੰਨਵਾਦ ਜੀ।